ਮੇਰਾ ਪਿੰਡ ਦਸੌਂਦਾ ਸਿੰਘ ਵਾਲਾ। ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲਾ ਤਹਿਸੀਲ ਸੰਦੌੜ ਤੋਂ 7.5 ਕਿਲੋਮੀਟਰ ਦੀ ਦੂਰੀ 'ਤੇ ਮਹਿਲ ਕਲਾਂ ਰੋਡ ਉੱਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੀ ਮੋਹਰੀ ਬਾਬਾ ਦਸੌਂਦਾ ਸਿੰਘ ਜੀ ਨੇ ਗੱਢੀ ਅਤੇ ਉਹਨਾਂ ਦੇ ਨਾਮ 'ਤੇ ਹੀ ਮੇਰੇ ਪਿੰਡ ਦਾ ਨਾਮ ਦਸੌਂਦਾ ਸਿੰਘ ਵਾਲਾ ਪਿਆ। ਇਸ ਨੂੰ ਨਵੇਂ ਪਿੰਡ ਦੇ ਨਾਮ ਨਾਲ ਵੀ ਜਾਣਦੇ ਹਨ। ਮੇਰੇ ਪਿੰਡ ਵਿੱਚ ਵੱਖ ਵੱਖ ਥਾਵਾਂ ਤੋਂ ਆ ਕੇ ਲੋਕ ਵਸੇ ਅਤੇ ਭਾਈਚਾਰਾ ਕਾਇਮ ਕੀਤਾ। ਅੱਜ ਮੈਂ ਤੁਹਾਨੂੰ ਆਪਣੇ ਪਿੰਡ ਦੀ ਸੈਰ ਕਰਵਾਉਣ ਲੱਗਿਆ ਹਾਂ। ਮੇਰੇ ਪਿੰਡ ਦਾ ਏਰੀਆ 10 ਕਿਲੋਮੀਟਰ² ਹੈ। ਇੱਥੇ ਤਕਰੀਬਨ 500 ਘਰ ਹਨ, ਜਿਨ੍ਹਾਂ ਵਿੱਚ 3200 ਦੇ ਕਰੀਬ ਵਸੋਂ ਹੈ। ਮੇਰੇ ਪਿੰਡ ਵਿੱਚ ਬਾਬਾ ਜੀ ਦੇ ਨਾਮ ਦੀ ਸਮਾਧ ਹੈ, ਜਿਨ੍ਹਾਂ ਕਰਕੇ ਸਾਡਾ ਪਿੰਡ ਅੱਜ ਹੋਂਦ ਵਿੱਚ ਹੈ। ਇੱਥੇ 3 ਗੁਰੂ ਘਰ ਸੁਸ਼ੋਭਿਤ ਹਨ, ਗੁਰਦੁਆਰਾ ਗੋਬਿੰਦਸਰ ਸਾਹਿਬ ਜੀ, ਗੁਰਦੁਆਰਾ ਗੁਰੂਸਰ ਸਾਹਿਬ ਜੀ, ਗੁਰਦੁਆਰਾ ਭਗਤ ਰਵਿਦਾਸ ਜੀ। ਸਾਡੇ ਪਿੰਡ ਵਿੱਚ ਇੱਕ ਮਸਜਿਦ ਵੀ ਹੈ। ਇਸ ਤੋਂ ਬਿਨਾਂ ਮੇਰੇ ਪਿੰਡ ਵਿੱਚ ਸਤੀ ਮਾਤਾ ਜੀ ਅਤੇ ਮਾਤਾ ਰਾਣੀਆਂ ਦੀ ਜਗ੍ਹਾ ਵੀ ਬਣੀ ਹੋਈ ਹੈ। ਬੱਚਿਆਂ ਦੇ ਪੜ੍ਹਨ ਲਈ ਇੱਥੇ ਆਂਗਣਵਾੜੀ ਸੈਂਟਰ, ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਜਿੱਥੋਂ ਮੁੱਢਲੀ ਵਿੱਦਿਆ ਪਰਾ ਹਾਸਲ ਕਰਕੇ ਉਚੇਰੀ ਪੜ੍ਹਾਈ ਲਈ ਉਸ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾਂਦੇ ਹਨ। ਪਿੰਡ ਵਿੱਚ ਆਉਣ ਜਾਣ ਲਈ ਟਰਾਂਸਪੋਰਟ ਦਾ ਵਧੀਆ ਪ੍ਰਬੰਧ ਹੈ। ਇੱਥੇ 2 ਬੱਸ ਸਟੋਪ ਬਣੇ ਹੋਏ ਹਨ। ਵੱਡੇ ਬੱਸ ਸਟੋਪ 'ਤੇ ਇੱਕ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ, ਜੋ ਪਿੰਡ ਦੀ ਸੁੰਦਰਤਾ ਨੂੰ 4 ਚੰਨ ਲਗਾਉਂਦਾ ਹੈ। ਇੱਥੇ ਪਿੰਡ ਦੇ ਬਜ਼ੁਰਗ, ਮਾਤਾਵਾਂ, ਭੈਣਾਂ, ਵੀਰ ਅਤੇ ਬੱਚੇ ਬੱਚੀਆਂ ਟਹਿਲਣ ਲਈ ਆਉਂਦੇ ਹਨ। ਪਿੰਡ ਵਿੱਚ ਹੋਰ ਸਹੂਲਤਾਂ ਦੇ ਨਾਲ ਨਾਲ ਪੀਣ ਵਾਲੇ ਸਾਫ਼ ਪਾਣੀ, ਸਿਹਤ ਸੰਭਾਲ ਲਈ ਸਰਕਾਰੀ ਹਸਪਤਾਲ, ਡਿਸਪੈਂਸਰੀ ਅਤੇ ਪੈਟਰੋਲ ਪੰਪ ਵੀ ਬਣਿਆ ਹੋਇਆ ਹੈ। ਪਿੰਡ ਦੇ ਨੌਜਵਾਨਾਂ ਦੀ ਖੇਡ ਵੱਲ ਵੀ ਬਹੁਤ ਰੁਚੀ ਹੈ। ਇਸ ਗੱਲ ਦਾ ਅੰਦਾਜ਼ਾ ਖੇਡ ਮੈਦਾਨ ਤੋਂ ਹੀ ਲਗਾਇਆ ਜਾ ਸਕਦਾ ਹੈ। ਫਿੱਟ ਰਹਿਣ ਦੇ ਲਈ ਅਤੇ ਕਸਰਤ ਕਰਨ ਦੇ ਲਈ ਬਹੁਤ ਲੋਕ ਜਿੰਮ ਵੀ ਜਾਂਦੇ ਹਨ। ਇਸ ਲਈ ਪਿੰਡ ਵਿੱਚ ਭਾਈ ਘਨੱਈਆ ਜੀ ਫਿਟਨੈਸ ਸੈਂਟਰ ਵੀ ਬਣਿਆ ਹੋਇਆ ਹੈ। ਪਿੰਡ ਦੇ ਕਿਸਾਨ ਵੀਰ ਵੀ ਬਹੁਤ ਮਿਹਨਤੀ ਹਨ। ਉਹਨਾਂ ਦੀ ਸਹੂਲਤ ਲਈ ਪਿੰਡ ਵਿੱਚ ਹੀ ਖਰੀਦ ਕੇਂਦਰ ਬਣਿਆ ਹੋਇਆ ਹੈ। ਪਿੰਡ ਵਿੱਚ ਮਾਤਾ ਗੁਰਦੇਵ ਕੌਰ ਮੈਮੋਰੀਅਲ ਟਰੱਸਟ ਦੀ ਸਹਾਇਤਾ ਨਾਲ ਬੱਚਿਆਂ ਲਈ ਸਿਲਾਈ ਸੈਂਟਰ ਅਤੇ ਕਢਾਈ ਸੈਂਟਰ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਆਪਣੀ ਐਂਬੂਲੈਂਸ ਦਾ ਪੁਖਤਾ ਇੰਤਜ਼ਾਮ ਹੈ। ਪਿੰਡ ਦੇ ਬਾਹਰ ਵਾਰ ਵਧੀਆ ਅਤੇ ਖੁੱਲ੍ਹੇ ਸ਼ਮਸ਼ਾਨ ਘਾਟ ਹਨ। ਇਸ ਤੋਂ ਬਿਨਾਂ ਪਿੰਡ ਵਿੱਚ 3 ਟਾਵਰ, 3 ਸੈਲਰ, ਸਰਕਾਰੀ ਡਿਪੂ, ਟੈਲੀਫੋਨ ਐਕਸਚੇਂਜ ਵੀ ਹੈ। ਬਿਜਲੀ ਦੀ 24 ਘੰਟੇ ਸਪਲਾਈ ਲਈ ਪਿੰਡ ਵਿੱਚ ਇੱਕ ਆਪਣਾ ਗ੍ਰਿੱਡ ਹੈ। ਲੋਕ ਭਲਾਈ ਦੇ ਕੰਮਾਂ ਵਿੱਚ ਵੀ ਇੱਥੇ ਦੇ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇੱਥੇ ਹਰ ਸਾਲ ਅੱਖਾਂ ਦਾ ਫ੍ਰੀ ਕੈਂਪ, ਖੂਨਦਾਨ ਕੈਂਪ, ਦਸਤਾਰ ਮੁਕਾਬਲੇ, ਲੰਬੇ ਕੇਸ ਮੁਕਾਬਲੇ ਅਤੇ ਹੋਰ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਸਮੇਂ ਸਮੇਂ 'ਤੇ ਕਰਵਾਏ ਜਾਂਦੇ ਹਨ। ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ।
ਇਸ ਤਰ੍ਹਾਂ ਦੀਆਂ ਆਪਣੇ ਪਿੰਡ ਨਾਲ ਰਿਲੇਟਡ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਆਪਾਂ ਅਗਲੀ ਵਾਰ ਕਿਸੇ ਹੋਰ ਰੌਚਕ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ।